ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਗੈਂਗਸਟਰ ਸੰਪਤ ਨਹਿਰਾ ਨੂੰ ਡਰ ਸਤਾ ਰਿਹਾ। ਇਸੇ ਲਈ ਤਾਂ ਆਪਣੀ ਪਤਨੀ ਦੇ ਜ਼ਰੀਏ ਉਸਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਕਿ ਜਦੋਂ ਉਸਨੂੰ ਰਾਜਸਥਾਨ ਲਿਜਾਂਦਾ ਜਾਏ ਤਾਂ ਉਸ ਵੇਲੇ ਉਸਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਏ। ਇਲਜ਼ਾਮ ਲਾਇਆ ਗਿਆ ਹੈ ਕਿ ਇੱਕ ਮਾਮਲੇ ਦੇ ਵਿੱਚ ਸੰਪਤ ਨਹਿਰਾ ਨੂੰ ਰਾਜਸਥਾਨ ਲਿਜਾਂਦਾ ਜਾਣਾ ਅਤੇ ਉਸ ਵੇਲੇ ਉਸਦੇ ਕਤਲ ਦੀ ਸਾਜਿਸ਼ ਹੋ ਸਕਦੀ ਹੈ ਅਤੇ ਇਹ ਇਲਜ਼ਾਮ ਲਗਾ ਕੇ ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਮੰਗ ਅਦਾਲਤ ਦੇ ਵਿੱਚ ਜਾ ਕੇ ਗੈਂਗਸਟਰ ਸੰਪਤ ਨਹਿਰਾ ਦੇ ਵੱਲੋਂ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਹੁਣ ਨੋਟਿਸ ਆਫ ਮੋਸ਼ਨ ਹੋਇਆ ਅਤੇ ਅਗਲੀ ਸੁਣਵਾਈ ਹੋਵੇਗੀ 1 ਤਾਰੀਖ ਨੂੰ। ਇਸ ਵਕਤ ਸੰਪਤ ਨਹਿਰਾ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ। ਇਸ ਤੋਂ ਪਹਿਲਾਂ ਪਟਿਆਲਾ ਤੋਂ 23 ਦਸੰਬਰ ਨੂੰ ਉਸਨੂੰ ਬਠਿੰਡਾ ਜੇਲ੍ਹ ਭੇਜਿਆ ਗਿਆ ਸੀ ਅਤੇ ਉਸ ਤੋਂ ਪਹਿਲਾਂ ਦਸੰਬਰ ਦੇ ਪਹਿਲੇ ਹਫ਼ਤੇ ਕੇਸ ਬਾਬਤ ਉਸਨੂੰ ਰੂਪਨਗਰ ਵੀ ਲਿਆਂਦਾ ਗਿਆ ਸੀ। ਸੰਪਤ ਨਹਿਰਾ ਦੇ ਤਾਂ ਜੈਪੁਰ 'ਚ ਕਤਲ ਕੀਤੇ ਗਏ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾ ਮੇੜੀ ਕੇਸ ਨਾਲ ਵੀ ਜੁੜ ਰਹੇ ਨੇ, ਕਿਉਂਕਿ ਸੰਪਤ ਬਠਿੰਡਾ ਜੇਲ੍ਹ 'ਚ ਬੰਦ ਸੀ। ਇਸ ਲਈ ਪੰਜਾਬ ਦੀਆਂ ਜੇਲ੍ਹਾਂ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ। ਦਰਅਸਲ 5 ਦਸੰਬਰ ਨੂੰ ਜੈਪੁਰ ਦੇ ਵਿੱਚ ਸੁਖਦੇਵ ਸਿੰਘ ਦਾ ਉਸਦੇ ਘਰ ਦੇ ਅੰਦਰ ਵੜ ਕੇ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਰੋਹਿਤ ਗੁਦਾਰਾ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਅਤੇ ਕਿਉਂਕਿ ਸੰਪਤ ਨਹਿਰਾ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀ, ਇਸ ਲਈ ਪੰਜਾਬ ਦੀਆਂ ਜੇਲ੍ਹਾਂ 'ਤੇ ਵੀ ਸਵਾਲ ਖੜ੍ਹੇ ਹੋਣ ਲੱਗੇ ਅਤੇ ਹੁਣ ਗੈਂਗਸਟਰ ਨੇ ਆਪਣੇ ਪਤਨੀ ਦੇ ਜ਼ਰੀਏ ਪਟੀਸ਼ਨ ਪਾਈ ਹੈ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ।